ਪਵਨ ਗੁਣ ਕਹਿ ਕੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਤਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ, ਇੱਕ ਹੀ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਦਸੋ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦੇ ਵਿੱਚ ਆਨੰਦ ਮਾਣ ਰਹੇ ਹੋ, ਢਾਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਂਝ ਬਣਾਈਏ, ਕਿਉਂਕਿ ਕਿਸੇ ਸ਼ਹਿਰ ਨੇ ਬੜਾ ਵਧੀਆ ਲਿਖਿਆ ਹੈ, ਉਹ ਕਹਿੰਦਾ ਸ਼ਹਿਰ ਦੇ ਜਵਾਰੇ ਵਿੱਚੋਂ ਨਿਕਲੇ ਗੱਜ ਸਦਾ, ਮਿਆਉਂ ਮਿਆਉਂ ਕਰੀ ਜਾਣਾ, ਕੰਮ ਹੁੰਦਾ ਬਿੱਲੀ ਦਾ, ਦੋ ਸਿੰਘ ਆਪੋ ਵਿੱਚ ਫਤਿਹ ਦੀਏ ਸਾਂਝ ਪਾਉਂਦੇ, ਹੁੰਦਾ ਨਹੀਂ ਉਹ ਫਾਇਦਾ, ਬੁਲਾਈ ਫਤਿਹ ਢਿੱਲੀ ਦਾ, ਉਹ ਜਿੱਤੇ ਜਾ ਕੇ ਗੱਜ ਗੱਜ ਸਿੰਘਾਂ ਨੇ ਬੁਲਾਈ ਫਤਿਹ, ਕਣ ਕਣ ਬੋਲਦਾ ਲਾਹੌਰ ਅਤੇ ਦਿੱਲੀ ਦਾ, ਜਿਹਦੀ ਬੁੱਲਾਂ ਵਿੱਚ ਫਤਿਹ ਉਹਦੀ ਕੁੱਲਾਂ ਵਿੱਚ ਫਤਿਹ, ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹੜਾ ਬੁਲਾਉਂਦਾ ਢਿੱਲੀ ਫਤਿਹ ਫਿਰ ਉਹਨੂੰ ਕਦੇ ਨਾ ਮਿਲੀ ਫਤਿਹ, ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਫਤਿਹ ਮਿਲਦੀ ਹੈ ਭੱਜ ਕੇ, ਪਰ ਬੈਠੋ ਸੱਜ ਕੇ ਆਖੋ ਗੱਜ ਕੇ ਝੁਕਾਓ ਸੀਸ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੋ ਵਡਭਾਗੇ ਹੋ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ, ਉਹਨਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ, ਢਾਡੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਸਤ ਸੰਗਤ ਜੀ, ਉਹ ਢਾਡੀ ਕਲਾ ਦੇ ਵਿੱਚੋਂ ਦੋ ਮੁੱਖ ਅੰਗ ਆਪ ਸੰਗਤਾਂ ਦੇ ਨਾਲ ਸਾਂਝੇ ਕਰਕੇ ਆਪ ਸੰਗਤਾਂ ਤੋਂ ਖਿਮਾ ਮੰਗ ਲੈਣੀ ਹੈ। ਮੇਰੇ ਦਾਦਾ ਜੀ ਕਿਰਪਾ ਕਰਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਸੁੱਤੀ ਕੌਮ ਨੂੰ ਟੁੰਬ ਕੇ ਜਗਾਇਆ, ਅੱਜ ਮੇਰੇ ਗੁਰਦੇਵ ਪਾਤਸ਼ਾਹ ਉਹ ਗੋਦਾਵਰੀ ਦੇ ਕੰਢੇ ਦੇ ਉੱਤੇ ਪਹੁੰਚੇ ਨੇ। ਇੱਥੇ ਇੱਕ ਮਨਮਤੀਆ ਸਾਧ ਮਾਧੋ ਦਾਸ ਰਹਿੰਦਾ ਹੈ, ਡੇਰਾ ਲਾ ਕੇ ਉੱਤੇ ਪਲੰਘ ਲਾ ਕੇ ਉਹਦੇ ਉੱਤੇ ਆਏ ਗਏ ਨੂੰ ਬਿਠਾਉਂਦਾ ਹੈ, ਤੇ ਮੰਤਰ ਪੜ੍ਹ ਕੇ ਮੂਧਾ ਪਲੰਘ ਕਰ ਦਿੰਦਾ ਤੇ ਹੱਥ ਤਾੜੀ ਮਾਰ ਕੇ ਹੱਸ ਪੈਂਦਾ ਹੈ। ਅੱਜ ਉਹ ਕਿਸੇ ਸ਼ਰਧਾਵਾਨ ਦੇ ਘਰ ਵਿੱਚ ਗਿਆ ਹੋਇਆ ਹੈ ਤੇ ਮੇਰੇ ਦਾਤਾ ਜੀ ਉਸ ਪਲੰਘ ਉੱਤੇ ਜਾ ਕੇ ਬੈਠੇ ਨੇ, ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਜਿਹੜਾ ਇਹੜਾ ਡੇਰਾ ਹੈ ਉਹਨੂੰ ਬਰਬਾਦ ਕਰ ਦਿਓ। ਮੇਰੇ ਗੁਰਦੇਵ ਪਾਤਸ਼ਾਹ ਦੇ ਹੁਕਮ ਨੂੰ ਪਾ ਕੇ ਉਹਨਾਂ ਨੇ ਬੱਕਰੇ ਝਟਕਾ ਦਿੱਤੇ ਨੇ, ਜਿਹੜੇ ਫੁੱਲ ਬੂਟੇ ਜਾੜ ਦਿੱਤੇ ਨੇ। ਇੱਧਰ ਦੇ ਚੇਲਿਆਂ ਨੇ ਜਦੋਂ ਜਾ ਕੇ ਦੱਸਿਆ ਇਹ ਮਹੰਤ ਆਇਆ ਮੇਰੇ ਗੁਰਦੇਵ ਪਾਤਸ਼ਾਹ ਜੀ ਦੇ ਸਾਹਮਣੇ, ਇਹ ਰਿੱਧੀਆਂ ਸਿੱਧੀਆਂ ਲੱਗਾ ਪੜ੍ਹਨ, ਜਦੋਂ ਰਿੱਧੀਆਂ ਸਿੱਧੀਆਂ ਲੱਗਾ ਪੜ੍ਹਨ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਨਿਗਾਹ ਦੇ ਨਾਲ ਨਿਗਾਹ ਮਿਲੀਏ, ਸਾਰੀ ਸ਼ਕਤੀ ਖਿੱਚ ਲਈਏ। ਜਦੋਂ ਸਾਰੀ ਸ਼ਕਤੀ ਖਿੱਚ ਲਈ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਗਿਆ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰਾ ਡੇਰਾ ਅਪਵਿੱਤਰ ਕਰ ਦਿੱਤਾ ਹੈ, ਜਿਹੜਾ ਮੇਰਾ ਡੇਰਾ ਪਵਿੱਤਰ ਸੀ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਮੋਢਿਆਂ ਤੋਂ ਫੜਿਆ ਤਾਂ ਉਠਾਇਆ, ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਮਾਧੋ ਦਾਸਾ ਤੇਰਾ ਡੇਰਾ ਉਦੋਂ ਅਪਵਿੱਤਰ ਨਾ ਹੋਇਆ ਜਦੋਂ ਇਸ ਦੁਨੀਆਂ ਦੇ ਕੋਨੇ ਕੋਨੇ ਤੇ ਮਜ਼ਲੂਮਾਂ ਦਾ ਖੂਨ ਡੁੱਲਿਆ, ਇੱਥੇ ਪਾਪ ਕੀਤੇ ਗਏ ਕਹਿ ਢਾਇਆ ਗਿਆ, ਉਦੋਂ ਇਹ ਤੇਰਾ ਡੇਰਾ ਕਿੱਥੇ ਸੀ? ਮੇਰੇ ਕਲਗੀ ਵਾਲੇ ਪਾਤਸ਼ਾਹ ਜਿਵੇਂ ਸਾਧ ਸੰਗਤ ਜੀਓ ਉਸ ਮਾਧੋ ਦਾਸ ਨੂੰ ਝੰਡੋੜ ਕੇ ਕੁਝ ਕਹਿ ਰਹੇ ਨੇ, ਢਾਡੀ ਕਲਾ ਦੇ ਮਿਰਜੇ ਦੇ ਵਿੱਚ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਦਾਸ ਦੇ ਸਾਥੀ ਹੇ ਇਹ ਉਹ ਕਹਿ ਰਹੇ ਨੇ।
ਉੱਚਾ ਰਹਿ ਗਿਆ ਜੋ ਬੈਠਾ ਪਲੰਗ ਬਿਛਾ ਲੱਗ ਤੀਰ ਕਲੇ ਜੇ ਚੀਮਿਆ ਚੀਮਿਆ ਤੀਰ ਕਲੇ ਜੇ ਚੀਮਿਆ ਆਪਣੇ ਲਾਲਾ ਦੀ ਕਹਾਣੀ ਵਾਰਤਾ ਸੁਣਾਈਏ ਤੇ ਕਹਿੰਦਾ ਸੱਚੇ ਪਾਤਸ਼ਾਹ ਬਸ ਕਰੋ, ਆਪ ਜੀ ਨੇ ਤੇ ਸਭ ਕੁਝ ਅੱਖੀ ਦੇਖ ਕੇ ਜਰ ਲਿਆ ਹੈ, ਪਰ ਮੇਤੋਂ ਸੁਣ ਕੇ ਸਹਾਰ ਨਹੀਂ ਹੁੰਦਾ। ਗੁਰਦੇਵ ਪਾਤਸ਼ਾਹ ਜੀ ਨੇ ਦਿੱਤਾ ਥਾਪੜਾ 25 ਸਿੰਘਾਂ ਦਾ ਬਣਾ ਕੇ ਜਥੇਦਾਰ ਦੇ ਕੇ ਨਿਸ਼ਾਨ ਸਾਹਿਬ ਦੇ ਕੇ ਨਕਾਰਾ 5 ਸਿੰਘ ਸਾਧ ਸੰਗਤ ਜੀ ਉਹ ਗੁਰਮਤਾ ਸੋਧਣ ਵਾਸਤੇ ਨਾਲ ਤੋਰੇ ਨੇ। ਇਹ ਸਾਧ ਸੰਗਤ ਜੀ ਉਹ ਨੰਦੇੜ ਦੀ ਧਰਤੀ ਤੋਂ ਜਕਾਰੇ ਗਜਾਉਂਦਾ ਨਗਾਰੇ ਗਜਾਉਂਦਾ ਸਾਧ ਸੰਗਤ ਜੀ ਉਹ ਇਹ ਪਹੁੰਚਾ ਹੈ ਪੰਜਾਬ ਦੀ ਧਰਤੀ ਦੇ ਉੱਤੇ। ਇਸ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚ ਕੇ ਲੱਗਾ ਤਿਆਰੀਆਂ ਕਰਨ। ਜਦੋਂ ਤਿਆਰੀਆਂ ਕਰਨ ਨੇ ਜ਼ਾਲਮਾਂ ਨੂੰ ਸੋਧਿਆ, ਦੁਸ਼ਟਾਂ ਨੂੰ ਸੋਧਿਆ, ਸਾਧ ਸੰਗਤ ਜੀ ਉਹ ਸੋਨੀਪਤ ਸਮਾਣਾ ਸਢੌਰਾ ਇਹਨੇ ਸੋਧ ਕੇ ਅੱਜ ਇਹ ਚੱਪੜਚਿੜੀ ਦਾ ਮੈਦਾਨ ਚੁਣਿਆ ਹੈ। ਤੇ ਵਜ਼ੀਰ ਖਾਨ ਨੂੰ ਇੱਕ ਚਿੱਠੀ ਲਿਖੀ, ਤਕੜਾ ਹੋ ਜਾ, ਮਨ ਵਿੱਚ ਕਿਤੇ ਮਾਣ ਨਾ ਰਹਿ ਜਾਵੇ ਕਿ ਇਹਨ ਭੋਲ ਮਾਰਿਆ ਗਿਆ, ਮੈਨੂੰ ਪਤਾ ਨਹੀਂ ਲੱਗਾ ਅੱਜ ਕਲਗੀ ਵਾਲੇ ਪਾਤਸ਼ਾਹ ਜੀ ਦਾ ਵੀਰ ਸਪੁੱਤਰ ਆ ਗਿਆ ਹੈ। ਸਾਧ ਸੰਗਤ ਜੀ ਉਹ ਵਜ਼ੀਰ ਖਾਨ ਨੇ ਚਿੱਠੀ ਪੜ੍ਹ ਕੇ ਤਿਆਰੀ ਕੀਤੀ ਹੈ, ਇੱਧਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਕੀਤੀ ਹੈ ਤਿਆਰੀ, ਅੱਜ ਸੂਰਮੇ ਰਣ ਮੈਦਾਨ ਦੇ ਵਿੱਚ ਆ ਕੇ ਡਟ ਗਏ ਨੇ। ਅੱਜ ਦੋ ਫੌਜਾਂ ਦਾ ਆਪਸ ਵਿੱਚ ਹੀ ਮੁਕਾਬਲਾ ਹੋਣ ਜਾਣਾ ਚੱਪੜਚਿੜੀ ਦੇ ਮੈਦਾਨ ਦੇ ਵਿੱਚ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀ ਵਾਲੇ ਪਾਤਸ਼ਾਹ ਜੀ ਨੂੰ ਕਰਕੇ ਯਾਦ ਅਰਦਾਸਾ ਸੋਧਿਆ ਹੈ। ਅਰਦਾਸਾ ਸੋਧ ਕੇ ਨੇ ਪੜ੍ਹੀਏ ਵੀਰ ਰਸ ਦੀ ਬਾਣੀ, ਤੋ ਕਾਲਕ ਪਰਣਾਸੀ ਤੇ ਆਲਕ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਪੇ ਭੂਤੇ। ਸਾਧ ਸੰਗਤ ਜੀ ਕਵੀਆਂ ਦੀ ਸੇਵਾ ਵਿੱਚ ਕਵਿਤਾ ਸੁਣਾਵਾਂ, ਇੱਕ ਕਾਵ ਦੇ ਤਰਾਜੂ ਚ ਕਵਿਤ ਦੇਵਾਂ। ਹਾਏ ਹਾਏ ਭਜੰਗ ਵਿੱਚ ਜਲਦੀਆਂ ਦੇ ਤੀਰ ਪੇ ਚੱਲਦੇ ਨੇ, ਅੱਪ ਵਿੱਚ ਖੈਣ ਤੇ ਆਵਾਜ਼ ਆਵੇ ਕਾਰ ਕਾਰ। ਮੈਂ ਕਿਸੇ ਦੇ ਹੱਥ ਵਿੱਚ ਫੜਿਆ ਦੋ ਧਾਰਾ ਖੰਡਾ, ਕੋਈ ਛੱਡ ਤੀਰ ਨੂੰ ਕਮਾਨ ਉੱਤੇ ਚਾਰ ਚਾਰ। ਓਏ ਡਾਕਟਰ ਕਰਦਾ ਟੀਕਾ ਜਿਵੇਂ ਨਾੜਾ ਵਿੱਚ ਤੀਰਾਂ ਨਾਲ ਮਿਣੀ ਐਵੇਂ ਸੂਰਮਿਆਂ ਦੀ ਨਾੜ ਨਾੜ। ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਡ ਕੇ ਜਕਾਰਾ, ਓਏ ਦੁਸ਼ਮਣ ਦਲਤੇ ਕੈਰੀ ਦੇ ਆਗਰੀਆ ਲੱਗੀ ਤਾਂ ਮਰਾ ਮਈ ਕੈਸੇ।
ਨੇ ਵਖਤ ਵਿਚਾਰ ਕੇ ਬੰਦਾ ਸਿੰਘ ਜੀ ਨੇ ਵਖਤ ਵਿਚਾਰ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।